ਜਿਵੇਂ ਕੱਲ ਨੂੰ ਅਸੀਂ ਜਿਹੜੇ ਲੋਕ ਰੂਲ ਫੋਲੋ ਕਰਦੇ ਆ ਉਹਨਾਂ ਨੂੰ ਅਸੀਂ ਫੁੱਲ ਭੇਟ ਕਰਾਂਗੇ। ਕੁਛ ਪੈਸੇ ਦੇ ਕੇ ਬਚਣ ਦੀ ਕੋਸ਼ਿਸ਼ ਕਰਦੇ ਨੇ, ਉਹ ਕਈ ਵਾਰੀ ਹੁੰਦਾ ਵੀ ਪੈਸੇ ਦੇ ਕੇ ਉਹ ਬਚ ਵੀ ਜਾਂਦੇ ਨੇ। ਕੀ ਉਹ ਮੁਲਾਜ਼ਮ ਪੈਸੇ ਲੈਂਦੇ ਨੇ ਲੋਕਾਂ ਤੋਂ? ਮੈਂ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ। ਜਿਹੜਾ ਬੰਦਾ ਬਿਲਕੁਲ ਸਾਫ਼ ਸੁਥਰੇ ਢੰਗ ਨਾਲ ਚੱਲਦਾ ਤਾਂ ਉਹਨੂੰ ਕਿਸੇ ਵੀ ਮੁਲਾਜ਼ਮ ਨੂੰ ਜਾਂ ਕਿਸੇ ਵੀ ਹੋਰ ਕਿਸੇ ਉਹੋ ਜਿਹੀ ਅਥਾਰਟੀ ਨੂੰ ਪੈਸੇ ਦੇਣ ਦੀ ਲੋੜ ਨਹੀਂ। ਮੈਂ ਗਰੰਟੀ ਦਿੰਦਾ ਕਿ 95% ਜਿਹੜੀਆਂ ਵੀਡੀਓ ਹੈ ਉਹ ਕੱਟ ਵੱਢ ਕਰਕੇ ਉਹਨਾਂ ਨੂੰ ਸਿਰਫ ਨਾ ਪੱਖੀ ਰਵੱਈਆ ਜਿਹੜਾ ਦਿਖਾਇਆ ਜਾਂਦਾ, ਜਿਹੜਾ ਹਾਂ ਪੱਖੀ ਰਵੱਈਆ ਉਹਨੂੰ ਜਿਹੜਾ ਹੈ ਪਾਸੇ ਕਰ ਦਿੱਤਾ ਜਾਂਦਾ। 11 ਜਨਵਰੀ ਤੋਂ ਲੈ ਕੇ 17 ਜਨਵਰੀ ਤੱਕ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਅਵੇਅਰਨੈਸ ਵੀਕ ਚਲਾਇਆ ਜਾ ਰਿਹਾ। ਇਸ ਵਿੱਚ ਟ੍ਰੈਫਿਕ ਪੁਲਿਸ ਚਲਾਨ ਨਹੀਂ ਕੱਟੇਗੀ। ਸਾਡੇ ਨਾਲ ਇਸ 'ਤੇ ਗੱਲਬਾਤ ਕਰਨ ਲਈ ACP ਟ੍ਰੈਫਿਕ ਲੁਧਿਆਣਾ ਗੁਰਦੇਵ ਸਿੰਘ ਜੀ ਮੌਜੂਦ ਨੇ। ਸਰ, ਸਭ ਤੋਂ ਪਹਿਲਾਂ ਤਾਂ ਇਹ ਦੱਸੋ, ਜਿਹੜਾ ਹਰ ਸਾਲ ਦੀ ਤਰ੍ਹਾਂ ਟ੍ਰੈਫਿਕ ਅਵੇਅਰਨੈਸ ਵੀਕ ਚਲਾਇਆ ਜਾ ਰਿਹਾ, ਕੀ ਹੋਊਗਾ ਇਸ ਟ੍ਰੈਫਿਕ ਅਵੇਅਰਨੈਸ ਵੀਕ 'ਚ? ਜਿਵੇਂ ਕਿ ਤੁਹਾਨੂੰ ਪਤਾ ਕਿ ਹਰ ਸਾਲ ਸਾਡਾ ਜਿਹੜਾ ਨੈਸ਼ਨਲ ਲੈਵਲ 'ਤੇ ਇਸ ਵੀਕ ਦੀ ਮਹੱਤਤਾ ਹੈ, ਹਰੇਕ ਸਾਲ ਇਹ ਵੀਕ ਮਨਾਇਆ ਜਾਂਦਾ। ਇਸ ਸਾਲ 11 ਜਨਵਰੀ ਤੋਂ ਲੈ ਕੇ 17 ਜਨਵਰੀ ਤੱਕ ਦਾ ਜਿਹੜਾ ਪ੍ਰੋਗਰਾਮ ਹੈ ਉਹ ਲੀਕਿਆ ਗਿਆ, ਜਿਹਦੀ ਸ਼ੁਰੂਆਤ ਅੱਜ ATU ਦੇ ਸਹਿਯੋਗ ਨਾਲ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਅੱਜ ਢੋਲੇਵਾਲ ਚੌਂਕ ਤੋਂ ਸ਼ੁਰੂਆਤ ਕੀਤੀ ਗਈ ਹੈ। ਸਾਡੇ ਜਿਹੜੇ ਰੋਜ਼ਾਨਾ ਜਿਹੜੇ ਪ੍ਰੋਗਰਾਮ ਨੇ ਉਹ ਅਸੀਂ ਇਸ ਹਫ਼ਤੇ ਨੂੰ ਅਲੱਗ ਅਲੱਗ ਬਨੰਗੀਆਂ 'ਚ ਬੰਨਿਆ। ਜਿਵੇਂ ਕੱਲ੍ਹ ਨੂੰ ਅਸੀਂ ਜਿਹੜੇ ਲੋਕ ਰੂਲ ਫੋਲੋ ਕਰਦੇ ਆ ਉਹਨਾਂ ਨੂੰ ਅਸੀਂ ਫੁੱਲ ਭੇਟ ਕਰਾਂਗੇ। ਇਸ ਤਰ੍ਹਾਂ ਹੀ ਵੱਖ ਵੱਖ ਸਕੂਲਾਂ, ਕਾਲਜਾਂ, ਆਟੋ ਰਿਕਸ਼ਾ ਵਾਲਿਆਂ, ਟੈਕਸੀ ਸਟੈਂਡ ਵਾਲਿਆਂ ਕੋਲ ਜਾ ਕੇ ਅਸੀਂ ਟ੍ਰੈਫਿਕ ਅਵੇਅਰਨੈਸ ਫੈਲਾਵਾਂਗੇ। ਇਹਦੇ ਨਾਲ ਨਾਲ 14 ਤਰੀਕ ਨੂੰ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਇੱਕ ਵਿਸ਼ਾਲ ਰੈਲੀ ਦਾ ਜਿਹੜਾ ਅਸੀਂ ਆਯੋਜਨ ਕਰ ਰਹੇ ਹਾਂ, ਜਿਹਦੇ ਵਿੱਚ ਸਾਡੇ 95 ਕੌਂਸਲਰ ਸਾਹਿਬਾਨ ਆਪਦੇ ਇਲਾਕੇ ਲੋਕ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਲੈ ਕੇ ਉੱਥੇ ਆਉਣਗੇ, ਜਿਨ੍ਹਾਂ ਨੂੰ ਅਸੀਂ ਟ੍ਰੈਫਿਕ ਅਵੇਅਰਨੈਸ ਸੰਬੰਧੀ ਪ੍ਰੇਰਿਤ ਕਰਾਂਗੇ। ਅਤੇ ਨਾਲ ਦੀ ਨਾਲ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਉੱਥੇ ਟ੍ਰੈਫਿਕ ਨਿਯਮ ਨੂੰ ਫੋਲੋ ਕਰਨ ਵਾਸਤੇ ਸਾਰੇ ਹਾਜ਼ਰੀਨ ਨੂੰ ਸਹੁੰ ਵੀ ਚੁਕਾਉਣਗੇ। ਸਰ, ਜਿਵੇਂ ਹਰ ਸਾਲ ਜਿਹੜਾ ਟ੍ਰੈਫਿਕ ਅਵੇਅਰਨੈਸ ਵੀਕ ਜਿਹੜਾ ਚੱਲਦਾ, ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹ ਲੋਕ ਪਰ ਸੁਧਰਦੇ ਨੇਗੇ, ਉਹ ਟ੍ਰੈਫਿਕ ਨਿਯਮ ਤਾਂ ਵੀ ਤੋੜਦੇ ਨੇ, ਲੋਕਾਂ ਨੂੰ ਸੁਧਾਰਨ ਦਾ ਤੁਸੀਂ ਕਿਹੜਾ ਇਹੋ ਜਿਹਾ ਤਰੀਕਾ ਅਪਣਾਉਣ ਲੱਗੇ ਹੋ ਇਸ ਵਾਰ? ਦੇਖੋ, ਸਾਡਾ ਜਿਹੜਾ ਕੰਮ ਹੈ, ਪੁਲਿਸ ਜਿਹੜੀ ਹੈਗੀ ਆ ਉਹ ਦੋ ਤਰ੍ਹਾਂ ਨਾਲ ਜਿਹੜਾ ਕੰਮ ਕਰਦੀ ਹੈ। ਇੱਕ ਹੁੰਦਾ ਜਿਹਦੇ 'ਚ ਅਸੀਂ ਲੋਕਾਂ ਨੂੰ ਅਵੇਅਰਨੈਸ ਫੈਲਾਉਂਦੇ ਹਾਂ, ਅਤੇ ਦੂਜਾ ਐਨਫੋਰਸਮੈਂਟ ਦਾ ਕੰਮ ਹੁੰਦਾ। ਜਿਹੜਾ ਪਹਿਲਾ ਕੰਮ ਹੈ ਉਹ ਜਿਵੇਂ ਤੁਸੀਂ ਅੱਜ ਦੇਖਿਆ ਵੀ ਅਸੀਂ ਅੱਜ ਤੋਂ ਇੱਕ ਹਫ਼ਤਾ ਪੂਰਾ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਅਵੇਅਰ ਕਰਦੇ ਹਾਂ। ਇਸ ਦੇ ਨਾਲ ਨਾਲ ਸਾਡੀ ਜਿਹੜਾ ਇੱਕ ਐਜੂਕੇਸ਼ਨ ਸੈੱਲ ਜਿਹੜਾ ਸਾਡੀ ਟ੍ਰੈਫਿਕ ਪੁਲਿਸ ਵੱਲੋਂ ਬਣਾਇਆ ਹੋਇਆ, ਜਿਹੜਾ ਤਕਰੀਬਨ 500 ਜਗ੍ਹਾ 'ਤੇ ਜਾ ਕੇ ਇਹਦੇ 'ਚ ਵੱਧ ਤੋਂ ਵੱਧ ਸਕੂਲ ਦੇ ਜਿਹੜੇ ਬੱਚੇ ਹੁੰਦੇ ਆ, ਨਾਲ ਜਿਵੇਂ ਸਾਡੀਆਂ ਟੈਕਸੀ ਯੂਨੀਅਨਸ, ਆਟੋ ਸਟੈਂਡ ਅਤੇ ਵੱਖੋ ਵੱਖਰੀ ਜਗ੍ਹਾ ਜਾ ਕੇ ਅਸੀਂ ਜਿਵੇਂ ਬੱਸ ਦੇ ਜਿਹੜੇ ਵੈਂਡਰਸ ਹੁੰਦੇ ਆ ਉਹਨਾਂ ਨੂੰ ਵੀ ਅਸੀਂ ਵੱਧ ਤੋਂ ਵੱਧ ਅਵੇਅਰ ਕਰਦੇ ਹਾਂ। ਪਿਛਲੇ ਸਾਲ ਅਸੀਂ ਕਰੀਬ 125 ਅਜਿਹੀਆਂ ਥਾਵਾਂ 'ਤੇ ਜਾ ਕੇ ਅਵੇਅਰਨੈਸ ਫੈਲਾਈ ਹੈ। ਇਸ ਤਰ੍ਹਾਂ ਹੀ ਅਸੀਂ ਆਪਣਾ ਜਿਹੜਾ ਸਾਡਾ ਜਿਹੜਾ ਹੌਂਸਲਾ ਅਸੀਂ ਉਹਨੂੰ ਕਦੇ ਡਿੱਗਣ ਨਹੀਂ ਦਿੰਦੇ। ਸਾਡਾ ਜਿਹੜਾ ਕੰਮ ਹੈ ਉਹ ਹੈਗਾ ਵੱਧ ਤੋਂ ਵੱਧ ਲੋਕਾਂ ਨੂੰ ਜਾਗਰਤ ਕਰਨਾ, ਕਿਉਂਕਿ ਇਹ ਜਿਹੜਾ ਇਕੱਲਾ ਇਹ ਪੁਲਿਸ ਲਈ ਨਹੀਂ, ਇਹ ਬੰਦੇ ਦੀ ਇੰਡੀਵਿਜੁਅਲ ਦੀ ਆਪਦੀ ਸੇਫਟੀ ਲਈ ਵੀ ਲੋੜਵੰਦ ਹੁੰਦਾ। ਜਿਵੇਂ ਹੁਣ ਸਾਨੂੰ ਪਤਾ ਹੈ ਕਿ ਜੇ ਰੋਡ ਐਕਸੀਡੈਂਟ ਨੂੰ ਤੋਂ ਬਚਾਉਣਾ ਤਾਂ ਉਹ ਬਚਣ ਵਿੱਚ ਜਿੱਥੇ ਡਰਾਈਵਰ ਦੀ ਆਪਦੀ ਸੇਫਟੀ ਹੈ ਉਹਦੇ ਨਾਲ ਨਾਲ ਰੋਡ 'ਤੇ ਚੱਲਣ ਵਾਲੇ ਹੋਰ ਲੋਕਾਂ ਦੀ ਵੀ ਉਹ ਸੇਫਟੀ ਕਰਦਾ। ਅਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਉਹ ਵੱਧ ਤੋਂ ਵੱਧ ਫੈਲਾਉਂਦੇ ਹਾਂ। ਅੱਜ ਵੀ ਤੁਸੀਂ ਦੇਖਿਆ ਕਿ ਸਾਡੇ ਜਿਹੜਾ ਇਸ ਪ੍ਰੋਗਰਾਮ 'ਚ ਵੱਧ ਤੋਂ ਵੱਧ ਜਿਹੜੇ ਆ ਡਰਾਈਵਰ
ਭਰਾ ਜਿਹੜੇ ਹੈਗੇ ਉਹ ਸ਼ਾਮਿਲ ਹੋਏ ਆ ਅਤੇ ਉਹਨਾਂ ਨੇ ਇੱਕ ਪ੍ਰਣ ਵੀ ਲਿਆ ਕਿ ਅਸੀਂ ਜਿਹੜਾ ਹੈਗਾ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਾਂਗੇ ਅਤੇ ਅਸੀਂ ਆਪਣੇ ਪਰਿਵਾਰ ਨੂੰ, ਆਪਣੇ ਸਾਕ ਸੰਬੰਧੀਆਂ ਨੂੰ, ਆਪਣੇ ਮੁਹੱਲੇ ਦੇ ਅਤੇ ਹੋਰ ਸ਼ਹਿਰ ਦੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਨੂੰ ਮੰਨਣ ਲਈ ਪ੍ਰੇਰਿਤ ਕਰਾਂਗੇ। ਸਰ, ਅਕਸਰ ਦੇਖਿਆ ਜਾਂਦਾ ਕਿ ਜਦੋਂ ਕੋਈ ਵੀ ਟ੍ਰੈਫਿਕ ਮੁਲਾਜ਼ਮ ਹੈ ਜਿਹੜਾ ਕਿਸੇ ਲੋਕ ਨੂੰ ਰੋਕਦਾ, ਚਲਾਨ ਕੱਟਣ ਲੱਗਦਾ, ਉਹ ਜਿਹੜੇ ਲੋਕ ਨੇ ਉਹ ਕੁਛ ਪੈਸੇ ਦੇ ਕੇ ਬਚਣ ਦੀ ਕੋਸ਼ਿਸ਼ ਕਰਦੇ ਨੇ, ਉਹ ਕਈ ਵਾਰੀ ਹੁੰਦਾ ਵੀ ਪੈਸੇ ਦੇ ਕੇ ਉਹ ਬਚ ਵੀ ਜਾਂਦੇ ਨੇ, ਕੀ ਉਹ ਮੁਲਾਜ਼ਮ ਪੈਸੇ ਲੈਂਦੇ ਨੇ ਲੋਕਾਂ ਤੋਂ? ਮੈਂ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ। ਜਿਹੜਾ ਬੰਦਾ ਬਿਲਕੁਲ ਸਾਫ਼ ਸੁਥਰੇ ਢੰਗ ਨਾਲ ਚੱਲਦਾ ਤਾਂ ਉਹਨੂੰ ਕਿਸੇ ਵੀ ਮੁਲਾਜ਼ਮ ਨੂੰ ਜਾਂ ਕਿਸੇ ਵੀ ਹੋਰ ਕਿਸੇ ਉਹੋ ਜਿਹੀ ਅਥਾਰਟੀ ਨੂੰ ਪੈਸੇ ਦੇਣ ਦੀ ਲੋੜ ਨਹੀਂ। ਪਿੱਛੇ ਜਿਹਾ ਕਾਫ਼ੀ ਵੀਡੀਓਜ਼ ਵੀ ਵਾਇਰਲ ਹੋਈਆਂ ਸੀਗੀਆਂ ਪੈਸੇ ਲੈਂਦੇ ਦੀਆਂ, ਜਿਹੜੀਆਂ ਜਿੱਥੇ ਤੱਕ ਵੀਡੀਓ ਦਾ ਸਵਾਲ ਹੈ, ਮੈਂ ਗਰੰਟੀ ਦਿੰਦਾ ਕਿ 95% ਜਿਹੜੀਆਂ ਵੀਡੀਓ ਹੈ ਉਹ ਘੱਟ ਵੱਢ ਕਰਕੇ ਉਹਨਾਂ ਨੂੰ ਸਿਰਫ ਨਾ ਪੱਖੀ ਰਵੱਈਆ ਜਿਹੜਾ ਦਿਖਾਇਆ ਜਾਂਦਾ, ਜਿਹੜਾ ਹਾਂ ਪੱਖੀ ਰਵੱਈਆ ਉਹਨੂੰ ਜਿਹੜਾ ਹੈ ਉਹ ਪਾਸੇ ਕਰ ਦਿੱਤਾ ਜਾਂਦਾ। ਅਤੇ ਕਈ ਵਾਰੀ ਇਹ ਦੇਖਣ 'ਚ ਆਇਆ ਕਿ ਬੰਦਾ ਜਿਹੜਾ ਪੈਸੇ ਹੈ ਉਹ ਜਿਹੜਾ ਮੌਕੇ 'ਤੇ ਸਾਡਾ ਚਲਾਨ ਹੋ ਰਿਹਾ ਉਹਦੀ ਜਿਹੜੀ ਉਹ ਫੀਸ ਦੇ ਰਿਹਾ ਹੁੰਦਾ ਅਤੇ ਬਾਅਦ 'ਚੋਂ ਵੀਡੀਓ ਵਾਇਰਲ ਕਰਕੇ ਸ਼ੋਅ ਕਰਦਾ ਕਿ ਮੈਂ ਜਿਹੜਾ ਹੈਗਾ ਉਸ ਕਰਮਚਾਰੀ ਨੂੰ ਰਿਸ਼ਵਤ ਦੇ ਰਿਹਾ। ਜਦੋਂ ਕੋਈ ਅਜਿਹੀਆਂ ਗੱਲਾਂ ਅਸੀਂ ਲੋਕਾਂ ਨੂੰ ਇਹ ਗੱਲ ਅੱਜ ਇਸ ਤੁਹਾਡੇ ਮਾਧਿਅਮ ਰਾਹੀਂ ਵੀ ਕਹਿਣਾ ਚਾਹੁੰਦੇ ਹਾਂ ਕਿ ਤੁਹਾਨੂੰ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਜਾਂ ਕੋਈ ਹੋਰ ਜਿਹੜਾ ਰੋਡ ਸੇਫਟੀ ਸੰਬੰਧੀ ਕੋਈ ਅਧਿਕਾਰੀ ਹੈ ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ। ਤੁਸੀਂ ਆਪਦੇ ਰੂਲ ਨੂੰ ਫੋਲੋ ਕਰੋ ਅਤੇ ਤੁਸੀਂ ਉਸ ਜਿਹੜੀ ਅਸੀਂ ਮਹਿਮ ਛੇੜੀ ਹੈ ਉਹਦਾ ਜਿਹੜਾ ਹੈਗਾ ਹਿੱਸਾ ਬਣੋ ਅਤੇ ਇਮਾਨਦਾਰੀ ਨਾਲ ਸੜਕਾਂ 'ਤੇ ਉਤਰ ਕੇ ਸਾਡੇ ਇਮਾਨਦਾਰ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਬੇਈਮਾਨ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਸਰ, ਅਕਸਰ ਇਹ ਵੀ ਦੇਖਿਆ ਜਾਂਦਾ ਜਿਹੜੇ ਟ੍ਰੈਫਿਕ ਰੂਲ ਤੋੜਦੇ ਨੇ ਜਾਂ ਟ੍ਰੈਫਿਕ ਮੁਲਾਜ਼ਮ ਰੋਕਦੇ ਆ ਉਹਨਾਂ ਨੂੰ ਪ੍ਰੈਸ਼ਰ ਪਾਇਆ ਜਾਂਦਾ, ਕਿਸੇ ਨਾ ਕਿਸੇ ਹਰੇਕ ਕੋਈ ਛੋਟੀ ਮੋਟੀ ਸਿਫਾਰਿਸ਼ ਲੈ ਕੇ ਸਿਫਾਰਿਸ਼ ਦੇ ਥਰੂ ਪੁਲਿਸ ਮੁਲਾਜ਼ਮਾਂ 'ਤੇ ਪ੍ਰੈਸ਼ਰ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਉਹਨੂੰ ਛੱਡ ਦਿੱਤਾ ਜਾਵੇ, ਉਸ ਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਹੋ? ਦੇਖੋ, ਕੋਈ ਵੀ ਜਿਹੜਾ ਵੀ ਕਿਸੇ ਕੋਈ ਅਧਿਕਾਰੀ ਕਹਿ ਲਓ ਜਾਂ ਕੋਈ ਰਾਜਨੀਤੀ ਪਹੁੰਚ ਵਾਲਾ ਕੋਈ ਵਿਅਕਤੀ ਕਹਿ ਲਓ, ਕੋਈ ਵੀ ਨਹੀਂ ਇਹ ਚਾਹੁੰਦਾ ਕਿ ਜਿਹੜਾ ਉਹਦੇ ਇਲਾਕੇ 'ਚ ਕੋਈ ਅਜਿਹੀ ਪ੍ਰਕਿਰਿਆ ਪ੍ਰਚਲਿਤ ਹੋਵੇ ਜਿਹੜੀ ਰੋਡ ਸੇਫਟੀ ਦੇ ਨਿਯਮਾਂ ਦੇ ਉਲਟ ਜਾਂਦੀ ਹੈ। ਸਾਨੂੰ ਕਦੇ ਕੋਈ ਇਹੋ ਜਿਹਾ ਮੌਕਾ ਨਹੀਂ ਮਿਲਦਾ ਕਿਉਂਕਿ ਸਾਡੇ ਜਿਹੜੇ ਰਾਜਨੀਤਿਕ ਨੇਤਾ ਨੇ ਉਹ ਬੜੇ ਪੜ੍ਹੇ ਲਿਖੇ ਨੇ, ਸੂਝਵਾਨ ਨੇ, ਉਹ ਇਹੋ ਜਿਹੀਆਂ ਜਿਹੜੀਆਂ ਗਲਤ ਢੰਗ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੀ ਕਦੇ ਉਹ ਨਹੀਂ ਕਰਦੇ ਸਿਫਾਰਿਸ਼। ਅਤੇ ਸਾਡਾ ਜਿਹੜਾ ਕੰਮ ਹੈ ਜੋ ਅਸੀਂ ਕਰ ਰਹੇ ਹਾਂ ਉਹਦੇ 'ਚੋਂ ਪੂਰਾ ਸਰਕਾਰਾਂ ਜਿਹੜੀਆਂ ਬਹੁਤ ਜ਼ੋਰ ਨਾਲ ਉਸ ਰੋਡ ਸੇਫਟੀ ਨੂੰ ਰੋਡ ਸੇਫਟੀ ਦੇ ਨਿਯਮਾਂ ਨੂੰ ਮੰਨਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਜਾਗਰੂਕ ਕਰਦੇ ਰਹਿੰਦੇ ਆ। ਸਰ, ਮੇਰਾ ਅਖੀਰਲਾ ਸਵਾਲ, ਪਿਛਲੇ ਸਾਲ ਨਾਲੋਂ ਜੋ ਇਸ ਵਾਰ ਟ੍ਰੈਫਿਕ ਵੀਕ ਅਵੇਅਰਨੈਸ ਵੀਕ ਚਲਾਇਆ ਜਾ ਰਿਹਾ, ਇਸ ਵਾਰ 'ਚ ਕੀ ਵੱਖਰਾ ਪਿਛਲੇ ਸਾਲ ਨਾਲੋਂ? ਇਹਦੇ ਵਿੱਚ ਸਭ ਤੋਂ ਵੱਖਰੀ ਗੱਲ ਇਹ ਹੈ ਕਿ ਅਸੀਂ ਜਿਹੜੀ ਰੈਲੀ ਕੱਢ ਰਹੇ ਹਾਂ ਉਹ ਵੱਖ ਵੱਖ ਵਾਰਡਾਂ ਦੇ ਕੌਂਸਲਰ ਸਾਹਿਬਾਨ ਦਾ ਅਸੀਂ ਸਹਿਯੋਗ ਲੈ ਕੇ ਕੱਢ ਰਹੇ ਹਾਂ। ਸਾਡੀ ਜਿਹੜੀ ਮਹਿਮ ਹੈ ਇਹ ਇਕੱਲੀ ਇੱਕ ਏਰੀਏ ਜਾਂ ਜੇ ਅਸੀਂ ਕਹੀਏ ਇੱਕ ਵਾਰਡ ਤੱਕ ਸੀਮਤ ਨਹੀਂ ਰਹੇਗੀ ਕਿਉਂਕਿ ਵੱਖ ਵੱਖ ਵਾਰਡਾਂ ਦੇ ਸਾਰੇ ਲੋਕਾਂ ਤੱਕ ਜਿਹੜੀ ਸਾਡੀ ਅਵੇਅਰਨੈਸ ਦੀ ਗੱਲ ਹੈ ਉਹ, ਕਿਉਂਕਿ 95 ਵਾਰਡਾਂ ਦੇ ਜਿਹੜੇ ਸਾਡੇ ਕੌਂਸਲਰ ਸਾਹਿਬਾਨ ਨੇ ਉਹ ਆਪਣੇ ਆਪਣੇ ਇਲਾਕੇ ਦੇ ਲੋਕਾਂ ਨੂੰ ਲੈ ਕੇ ਆਉਣਗੇ ਅਤੇ ਸਾਡੀ ਜਿਹੜੀ ਮਹਿਮ ਆ ਉਹ ਲੁਧਿਆਣੇ ਦੇ ਕੋਨੇ ਕੋਨੇ ਤੱਕ ਫੈਲੇਗੀ। ਬਹੁਤ ਬਹੁਤ ਧੰਨਵਾਦ ਸਰ। ਤਾਂ ਇਸ ਸਨ ਸਾਡੇ ਨਾਲ ACP ਟ੍ਰੈਫਿਕ ਗੁਰਦੇਵ ਸਿੰਘ ਜੀ। ਇਹਨਾਂ ਦਾ ਕਹਿਣਾ ਕਿ ਜੋ ਆ ਟ੍ਰੈਫਿਕ ਅਵੇਅਰਨੈਸ ਵੀਕ ਚਲਾਇਆ ਜਾ ਰਿਹਾ, ਇਸ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਰੋਜ਼ ਹੀ ਕੋਈ ਨਾ ਕੋਈ ਮੁਹਿੰਮ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕੀਤੀਆਂ ਜਾਣਗੀਆਂ ਅਤੇ ਇੱਕ ਵਿਸ਼ਾਲ ਰੈਲੀ ਵੀ ਜਿਹੜੀ ਆ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀ ਜਾਏਗੀ। ਅਤੇ ਜਿੱਥੇ ਪੁਲਿਸ ਦੇ ਪੈਸੇ ਰਿਸ਼ਵਤ ਲੈਣ ਦੀ ਗੱਲ ਆ ਤਾਂ ਉਸ ਤੋਂ ਇਹਨਾਂ ਨੇ ਸਾਫ਼ ਇਨਕਾਰ ਕੀਤਾ ਕਿ ਜਿਹੜੀਆਂ ਵੀ ਵੀਡੀਓਆਂ ਵਾਇਰਲ ਹੁੰਦੀਆਂ ਨੇ ਉਹ ਕੱਟਵੱਟ ਕਰਕੇ ਜਾਣ ਬੁੱਝ ਕੇ ਸਾਜਿਸ਼ ਦੇ ਤਹਿਤ ਜਿਹੜੀਆਂ ਬਣਾਈਆਂ ਜਾਂਦੀਆਂ ਨੇ। ਤਾਂ ਅੱਜ ਦੀ ਖਾਸ ਪੇਸ਼ਕਸ਼ ਵਿੱਚ ਇੰਨਾ ਹੀ। ਲੁਧਿਆਣਾ ਤੋਂ ਸਨਮਜੀਤ ਸਿੰਘ ਦੇ ਨਾਲ ਕੈਮਰਾਮੈਨ ਕੁਵਰਜੋਤ ਸਿੰਘ, ਪਬਲਿਕ ਟਾਈਮਜ਼।